साहब और स्वतंत्र कुमार जी शर्मा साहब उन्होंने वालों मुहब्बत आई है, अमदाद अली जी उन्होंने वालों प्यार आया, शुक्रगुजार हैं, बाबा जी वालों बहुत सारा प्यार आया है जी, कहता है कि कहते हैं रब बिछड़ जावे जोरदार तालियां बजाओ यार, खुशी की खबर मिली है साडे पत्रकार साहब ने, साडे भाई इंद्र मोहन जी, क्या बात, अज ही इन्हों का विह होया, देखो विह छड़ के फोटो खिंच रहे इन्हों ने सवेरे तुहाड़ियां फोटो अखबार च छापनिया ने, और इन्होंने वास्ते ये दुआ करिए कि इन्हों की जी मैरिड लाइफ है वो मालिक कृपा करे, बापू कृपा करे, वो हिट हो गए जी अब शुरू हो रही है, और सारे तालियां बजा इंद्र मोहन जी, गॉड ब्लेस यू, खुश रहो, दादा कृपा करो, तेनू वास्ता तेरे सजना दा नाना जी, तेनू वास्ता तेरे सजना दा दस इश्क दा दारू की मेरा यार मना नहीं ते मार मुका मैं इस दुनिया को बहुत मेहरबानी। किसी शायर ने बड़ा खूब लिखा सात संगत, वो कहते ने कि इश्क को सोक मार देते हैं, किने की है, किने की है, इश्क को सोक मार देते हैं, इश्क को सोक मार देते हैं, इश्क को सोग मार देते हैं, अकल को रोग मार देते हैं, बाबा जी, बाबा जी आपके लिए गा रहा हूं, आपके लिए बोलते हैं कि तड़कड़ हो में कि पत्थर टूटे अकल तारा टूटे आसमान दी एक चों एक जख्म जिहा करता शीशा टूटे ते तड़कर होवे ते पत्थर टूटे अकलावे तारा टूटे आसमान दी हिक चो इक जख्म जिहा कर जावे पर ए चंद्रा दिल जद वी टुटिया ए चंद्रा दिल जद वी टुटिया इहदे टुटिया आवाज़ ना हालांकि जो शाम होंगी है चिराग रोशन होंगे ने लाइट्स ऑन हो जाती है लेकिन शायर की सोच है तसव्वुर है कि कहता है कि शाम होते ही चिरागों को बुझा देता हूँ शाम होते ही चिरागों को बुझा देता हूँ दिल ही काफी है तेरी याद में जलने के लिए शायर की कहता है चित्र खान अब मिलती है तू साडे कोल आगे मुड़के सादियाँ निशानियाँ आगे तू आगे मुड़के सादियाँ निशानियाँ तेरा भी तू आसान तेरे रखना तेरा भी तू आसान तेरे रखना
सारे ग्रुप चो ज्यादा प्यार ये ही है कोई इदा की मुहब्बत है कि जो मैं गुस्सा करा तो इन करना जो प्यार करा तो ही इन्हू करना और इधरों इधरों थोड़ा स्वाद आया इस करके मैं गाना रोकता दोबारा बापू बेबे देख के करता हुंदा
ਤਾਂ ਬੇਬੇ ਬਾਪੂ ਵੱਲ ਦੇਖ ਕੇ ਕਰਦੀ ਹੁੰਦੀ ਹੈ। ਬਾਪੂ ਫਿਰ ਨਹੀਂ ਹਟਦਾ, ਨਾਲ ਹੀ ਬੇਬੇ ਇਸ਼ਾਰਾ ਤੇ ਜਵਾਬ ਦਿੰਦੀ, ਕਹਿੰਦੀ ਹੈ ਨੀ ਉਹ ਗੱਲਾਂ ਜਿਹੜੀਆਂ ਤੂੰ ਭਾਲਦਾ। ਸੋ ਟਾਈਮ ਦੇ ਨਾਲ ਨਾਲ ਜਿਹੜਾ ਮਾਹੌਲ ਚੇਂਜ ਹੁੰਦਾ ਹੈ, ਸੋ ਪਿਆਰ ਆਪਣੀ ਸਰਜ਼ਮੀਨ ਨਾਲ, ਆਪਣੇ ਵਤਨ ਨਾਲ, ਆਪਣੇ ਬਜ਼ੁਰਗਾਂ ਦੇ ਨਾਲ ਹੋਣਾ ਚਾਹੀਦਾ। ਸੋ ਤੁਹਾਡੇ ਸਾਹਮਣੇ ਵੱਲੋਂ ਪਿਆਰ ਜੀ ਸਨਮਾਨ। ਹਾਂਜੀ ਮੈਂ 2 ਮਿੰਟ ਕਛਾ ਪਾਇਆ, ਮੈਂ ਬਾਹਰ ਪੈਂਟ ਹੀ ਪਾਉਣੀ ਆ, ਕਮੀਜ਼ ਪਾਈ, ਮੈਂ ਆ ਗਿਆ 2 ਮਿੰਟ ਆ ਗਿਆ। ਉਹ ਮਾਂ ਦੀ ਗੱਲ ਨੀ ਮੰਨਦੇ, ਉਹ ਮਾਂ ਦੀ ਗੱਲ ਮੰਨਦੇ ਜਿਹੜੀ 12 ਵਜੇ ਤੱਕ ਗੱਲਾਂ ਕਰਦੀ ਰਾਤ। ਕਿਤੇ ਬੱਚੇ ਬਾਹਰ ਜਾਂਦੇ ਨੇ ਨਾ, ਤੇ ਮਾਵਾਂ ਨੂੰ ਫਿਕਰ ਹੁੰਦਾ ਕਿ ਸਾਡਾ ਬੱਚਾ ਬਾਹਰ ਗਿਆ, ਤੇ ਉਹਨੂੰ ਫੋਨ ਕਰਦੇ ਵਿੱਚੋਂ, ਮੇਰੇ ਗੱਲ ਸੁਣ, ਪਨੀਰ ਬਣਾਇਆ ਰੋਟੀ ਘਰ ਆ ਕੇ ਖਾਈ। ਆਹ ਮਾਤਾ ਪਨੀਰ, ਪਨੀਰ ਕੋਈ ਚੰਗੀ ਸਬਜ਼ੀ ਬਣਾ ਦਿਆ ਕਰੋ, ਪਨੀਰ ਤਾਂ ਰੋਜ਼ ਖਾਣ ਨੂੰ ਜੀ ਕਰਦਾ ਪਨੀਰ। ਠੀਕ ਹੈ ਮੈਂ ਬਾਹਰੋਂ ਰੋਟੀ ਖਾਊ, ਮਾਂ ਨੂੰ ਏਦਾਂ ਨਾਲ ਮਸ਼ਹੂਰ ਨਹੀਂ। ਹਾਂਜੀ ਗੁੱਗੂ, ਕੀ ਬਣਾਇਆ? ਭਿੰਡੀਆਂ। ਹਾਏ ਮੈਂ ਮਰ ਜਾ, ਇੰਨੀਆਂ ਸਵਾਦ ਲੱਗਦੀਆਂ ਨਾ ਮੈਨੂੰ, ਜਿਹਦੇ ਪਤਾ ਮਾਂ ਦਾ ਪਨੀਰ ਨੀ ਸਵਾਦ ਲੱਗਦਾ ਨਾਲ ਫਿਰ ਫੋਨ ਤੇ। ਹਾਂਜੀ ਮੈਂ ਵੀ ਖਾਣੀ ਆ, ਕੁੜੀ ਵੀ ਖਾਣੀ ਹੁੰਦੀ, ਚਲੋ ਫਿਰ ਆ ਕਰੋ। ਆ ਬੰਦਾ ਪੁੱਛੇ ਬੁਰਗੀਆਂ ਫੋਨ ਤੱਕ ਕਿੱਥੋਂ ਆਏ ਨੇ? ਇਹੋ ਜਿਹੇ ਮੁੰਡਿਆਂ ਦੇ ਫੋਨ ਖਰਾਬ ਹੋ ਜਾਂਦੇ ਨਾ, ਤੇ ਉਹ ਜਾਣਗੇ ਠੀਕ ਕਰਾਉਣ, ਤੇ ਉਹ ਬੰਦਾ ਕਹਿੰਦਾ ਭਾਈ ਭਿੰਡੀ ਫਸੀ ਹੈ ਕਿਤੇ, 150-200 ਰੀ ਤੇ ਚੁੰਮ ਚੁੰਮ ਕੇ ਨਾ। ਹਾਂਜੀ ਹਾਂਜੀ, ਮੈਂ ਕੀ ਖਰਾਬ ਕਰ ਲੈਂਦੇ ਵਿਚਾਰੇ, ਇਹਨਾਂ ਚੁੰਮਣ ਵਾਲੀ ਮਾਂ ਨੇ ਨੀ ਚੁੰਮਿਆ ਹੁੰਦਾ ਜਿੰਨਾ ਇਹ ਚੁੰਮ ਲੈਂਦੇ। ਮੁੰਡੇ ਕੁੜੀਆਂ ਦੀਆਂ ਬੜੀਆਂ ਗੱਲਾਂ ਜੀ, ਘਰ ਚ ਕਿਤੇ ਨਿਗਾਹ ਜਾ ਨਿਆਣਾ ਕਾਰਟੂਨ ਵੇਖਦਾ ਹੋਵੇ ਨਾ, ਉਹਦੇ ਤੋਂ ਮੈਂ ਮਾਰ ਕੇ ਮੁੱਕ ਨਾਸਾ ਪਾੜ ਦਿੰਦਾ। ਚੰਗੀ ਚੀਜ਼ ਲਾ ਕੇ ਕੋਈ ਡਿਸਕਵਰੀ ਲਾ। ਲੈ ਵੀ ਖਾ ਗਿਆ ਡੱਡੂ ਨੂੰ ਸੱਪ, ਤੇ ਸੱਪ ਨੂੰ ਡੱਡੂ, ਭੱਲੇ ਭੱਲੇ ਇੱਕ ਮਿੰਟ ਬਾਹਰ ਚੱਲ ਗਿਆ ਬਾਬਾ ਸਾਲਿਆ ਭੋਲੀ। ਹਾਂਜੀ ਗੁੱਗੂ, ਹੈਂ ਕੀ ਕਰ ਰਹੇ ਕਾਰਟੂਨ ਵਿੱਚ? ਜਿਹੜੇ ਪਹਿਲੇ ਪਿਆਰ ਸੀ ਨਾ, ਉਹ ਆਪਣੀ ਮਤਲਬ ਦਾਦ ਜੀ ਨੂੰ ਕਹਿੰਦੇ ਹੁੰਦੇ ਸੀ ਨਾ, ਜਿੱਦਾਂ ਅਮੀਰਾਂ ਦੇ ਪਿਆਰ ਹੈ ਨਾ, ਅਮੀਰ ਲੋਕ ਪਿਆਰ ਕਰਦੇ, ਜੱਜ ਭਾਜੀ ਅਮੀਰ ਲੋਕ ਪਿਆਰ ਕਰਦੇ ਨਾ, ਉਹਨਾਂ ਦੇ ਪਿਆਰ ਦੇ ਤਰੀਕੇ ਵੱਖਰੇ ਹੁੰਦੇ ਆ, ਗਿਫਟ ਵੱਖਰੇ ਹੁੰਦੇ ਆ। ਥੈਂਕ ਯੂ। ਅੱਛਾ ਉਹਨਾਂ ਦੇ ਤਰੀਕੇ ਵੱਖਰੇ ਹੁੰਦੇ ਨੇ, ਉਹ ਮਸ਼ੂਕ ਆਪਣੇ ਹਸਬੈਂਡ ਨੂੰ, ਆਪਣਾ ਜਿਹੜਾ ਉਹਦਾ ਆਸ਼ਕ ਹੁੰਦਾ ਨਾ, ਉਹਨੂੰ ਕਹਿੰਦੀ ਗਰਲਫ੍ਰੈਂਡ ਬੋਏਫ੍ਰੈਂਡ ਨੂੰ, ਜਾਂ ਮੁੰਡੇ ਨੇ ਇਸ ਵਾਰ ਮੇਰੇ ਬਰਥਡੇ 'ਤੇ ਨਾ ਟੈਡੀ ਬੀਅਰ ਚਾਹੀਏ ਔਰ ਸੋਨੀ ਕੀ ਚੇਨ ਚਾਹੀਏ। ਉਹ ਭਰਾ ਉਹ ਅਫੋਰਡ ਕਰਦਾ ਹੁੰਦਾ, ਉਹ ਕਹਿੰਦਾ ਕੋਈ ਚੱਕਰ ਨਹੀਂ ਮੈਂ ਜਾਣੂ ਤੂੰ ਮੈਂ ਲੈ ਦੂੰਗਾ। ਅਤੇ ਸਾਡੇ ਵਿਚਾਰੇ ਪਿੰਡਾਂ ਵਾਲੇ, ਮੈਂ ਵੀ ਪਿੰਡਾਂ 'ਚ ਗਿਆ, ਸਾਡੇ ਪਿੰਡਾਂ ਵਾਲੇ ਓਏ ਹੋਏ ਹੋਏ, ਇਹ ਵਿਚਾਰੇ ਫੋਨ 'ਚ ਪਵਾਉਣ ਨੂੰ ਨਹੀਂ ਲੱਭਦੇ ਜਨਮ ਦਿਨ 'ਤੇ ਨਾਲ ਦੀ ਵਿਰਾਣੀ। ਹਾਂ ਨਹੀਂ ਜੀ ਜਨਮ ਦਿਨ ਅੱਜ ਟੁੱਟ ਕੇ ਪੈਣਗੇ ਉਹਨੂੰ। ਉਹ ਕਹਿੰਦੀ ਆਹੋ ਮੰਗ ਲਾ ਜੋ ਮੰਗਣਾ, ਆਹੇ ਗੁਰਦੁਆਰੇ ਲੰਗਰ ਲੱਗਾ 2 ਫੁਲਕੇ ਦਾਲ ਭੁਆ ਕੇ ਲਿਆ ਦੇ। ਮਤਲਬ ਚੀਜ਼ ਹੀ ਵੱਖਰੀ ਮੰਗਣੀ। ਉੱਧਰ ਚੱਲੀਏ। ਥੈਂਕ ਯੂ ਬਹੁਤ ਬਹੁਤ, ਮਾਣ ਕਰ ਰਹੇ ਨੇ ਬਾਬਾ ਜੀ, ਥੈਂਕ ਯੂ ਬਹੁਤ ਬਹੁਤ। ਮੈਂ ਇਸ ਕਰਕੇ ਨਹੀਂ, ਮੈਂ ਸਿਰਫ ਪਿਆਰ ਕਰਕੇ ਆਉਣਾ, ਤੁਸੀਂ ਸਾਡੇ ਕਰਕੇ ਆਉਂਦੇ ਹੋ, ਤੁਹਾਡੇ ਆਸ਼ੀਰਵਾਦ ਦੇ ਨਾਲ ਅਤੇ ਇੱਥੋਂ ਤੱਕ ਪਹੁੰਚੇ ਹਾਂ। ਮੇਰਾ ਸ਼ੋਅ ਨਵਾਂ ਸਟਾਰਟ ਹੋ ਰਿਹਾ, ਕਪਿਲ ਕੌਮੇਡੀ ਨਾਈਟ ਵਿਦ ਕਪਿਲ ਦੇਖ ਲਿਓ ਤੁਸੀਂ ਸੋਨੀ ਅਤੇ ਕਲਸ 'ਤੇ। ਉੱਦਾਂ ਤਾਂ ਸੇਮ ਮੇਰਾ ਪੰਜਾਬੀ PTC ਪੰਜਾਬੀ 'ਤੇ ਸ਼ੁਰੂ ਹੋ ਰਿਹਾ, ਮਤਲਬ 30 ਤਰੀਕ ਤੋਂ 1 ਤੋਂ ਸ਼ੁਰੂ ਹੋ ਜਾਏਗਾ ਸ਼ਾਇਦ, ਸ਼ੂਟ ਕਰਤਾ ਮਤਲਬ ਸ਼ੁਰੂ ਹੋਣ ਹੀ ਵਾਲਾ, ਅਤੇ ਉਹ ਸਾਰਿਆਂ ਨੇ ਜ਼ਰੂਰ ਦੇਖਣਾ। ਅੱਗੇ ਵੀ ਤੁਸੀਂ ਦੇਖਿਆ ਲਾਫਟਰ ਦਾ ਮਾਸਟਰ 'ਚ ਮੈਂ ਆਇਆ ਸੀ, ਹੁਣ ਵੀ ਜ਼ਰੂਰ ਦੇਖਣਾ। ਅੱਛਾ ਆਪਾਂ 2-4 ਗੱਲਾਂ ਕਰਕੇ ਫਿਰ ਆਪਾਂ ਸਾਬਰ ਕੋਟੀ ਭਾਅ ਜੀ ਨੂੰ ਬੁਲਾਇਆ, ਸਾਡੇ ਸੀਨੀਅਰ ਨੇ ਬਹੁਤ, ਅਤੇ ਇਸ ਕਰਕੇ ਮੈਂ ਜ਼ਿਆਦੀਆਂ ਗੱਲਾਂ ਨਹੀਂ ਕਰੂੰਗਾ। ਅੱਛਾ ਗੱਲ ਕਰਦਾ, ਮੇਰਾ ਇੱਕ ਦੋਸਤ ਹੈ ਜੀ ਝੋਨਾ ਸ਼ਰਾਬੀ, ਉਹ ਪਿੱਛੇ ਜਿਹੇ ਉਹਦਾ ਬਾਹਰ ਦਾ ਵੀਜ਼ਾ ਲੱਗ ਗਿਆ,
ਬਾਹਰ ਦਾ ਵੀਜ਼ਾ ਲੱਗ ਗਿਆ ਅੰਗਰੇਜ਼ੀ ਉਹਨੂੰ ਪਿਓ ਦੇ ਪੁੱਤ ਨੂੰ ਬਿਲਕੁਲ ਨਹੀਂ ਆਉਂਦੀ ਏਅਰਪੋਰਟ 'ਤੇ ਗਿਆ ਹੁਣ ਦੋ ਨੰਬਰ ਆ ਗਿਆ ਹੁਣ ਤੁਹਾਨੂੰ ਪਤਾ ਜਦੋਂ ਬੰਦੇ ਨੂੰ ਦੋ ਨੰਬਰ ਆ ਕੀ ਹਾਲਤ ਹੁੰਦੀ ਹੈ ਹੁਣ ਦੋ ਨੰਬਰ ਆ ਕੇ ਉਹਨੂੰ ਪੁੱਛਿਆ ਵੀ ਦੋ ਨੰਬਰ ਕਿੱਥੇ ਚਾਹੀਦਾ ਅੰਗਰੇਜ਼ੀ ਤਾਂ ਆਉਂਦੀ ਨਹੀਂ ਉਹਨੇ ਕੰਜ ਦੇ ਪੁੱਤ ਨੇ ਲਿਫਾਫੇ 'ਚ ਕੰਮ ਕੱਢ ਮਾਰਿਆ ਇਹਨੇ 'ਚ ਉਹਨੂੰ ਫਲੈਟ ਦਾ ਟਾਈਮ ਹੋ ਗਿਆ ਉਹ ਕਹਿੰਦੇ ਹਾਂਜੀ ਨਾਲ ਹੀ ਉਹਨੇ ਲਿਫਾਫਾ ਚੁੱਕਿਆ ਉਦਾਂ ਫਲੈਟ 'ਚ ਬਹਿ ਗਿਆ ਪਿੱਛੋਂ ਪੁਲਿਸ ਵਾਲੇ ਨੇ ਵੇਖ ਲਿਆ ਕਹਿੰਦਾ ਬਲਿਆ ਤੇਰੇ ਸਾਡੇ ਤਾਂ ਚੋਰੀ ਚੋਰੀ ਸਮੈਕ ਲੈ ਕੇ ਚੱਲਿਆ ਤੂੰ ਉਹਨਾਂ ਨੇ ਅਗਲੇ ਏਅਰਪੋਰਟ 'ਤੇ ਫੋਨ ਕਰਿਆ ਕਹਿੰਦਾ ਬੰਦਾ ਜੀ ਇੱਕ ਕਿਲੋ ਸਮੈਕ ਲਈ ਉਹਨਾਂ ਨੂੰ ਤੁਹਾਨੂੰ ਆਉਂਦੇ ਉਹਨਾਂ ਫੜ ਲੱਗਦੇ ਤਾਂ ਇੰਨੀ ਆ ਕਹਿਣਾ ਮਹਾਰਾਜ ਇੰਨੀ ਆਈ ਆ ਉਹਨਾਂ ਤੋੜ ਕੇ ਵੇਖੀ ਨੀ ਮੇਰੀ 700 ਗ੍ਰਾਮ ਸਾਰਾ ਕਹਿੰਦਾ ਬਾਕੀ ਕਿੱਥੇ ਆ ਕਹਿੰਦਾ ਮਹਾਰਾਜ ਇੰਨੀ ਆਈ ਲੈਣੀ ਬਾਕੀ ਮੈਂ ਨੈਣੇ ਪਾ ਲੈ ਉਹਨਾਂ ਬੜਾ ਕੁੱਟਿਆ ਜੀ ਇੱਧਰ ਆ ਗਿਆ ਪੰਜਾਬ ਮੈਂ ਕਿੱਦਾਂ ਤੂੰ ਬਾਹਰ ਹੋ ਗਿਆ ਕਿੱਦਾਂ ਰਹਿ ਤੇ ਕਹਿੰਦਾ ਸਾਲਾ ਸਵਾਹ ਬਾਹਰ ਬੰਦੇ ਕੋਲ ਪਾਸਪੋਰਟ ਨਾ ਹੋਵੇ ਵੀਜ਼ਾ ਨਾ ਹੋਵੇ ਬੰਦਾ ਕਿਲੋ ਪੂਰੀ ਕਰਕੇ ਜਾਵੇ ਨਹੀਂ ਤਾਂ ਬਹੁਤ ਛੇਤਰ ਫੇਰਦੇ ਜੀ ਉੱਥੇ ਮੈਂ ਪਿੱਛੇ ਦੇ ਕਿਸੇ ਦੇ ਵਿਆਹ ਚੱਲ ਗਿਆ ਤਾੜੀਆਂ ਮਾਰ ਲੈ ਘੁੰਮਣੀ ਮੈਂ ਪਿੱਛੇ ਦੇ ਕਿਸੇ ਦੇ ਵਿਆਹ ਚੱਲ ਗਿਆ ਮੈਂ ਜੱਜ ਭਾਜੀ ਸੁੱਤਾ ਹੀ ਹਾਂ ਸਿਆਲ ਦੇ ਦਿਨਾਂ 'ਚ ਅੱਜ ਮੈਂ ਜਾ ਕੇ ਸੁੱਤਾ ਤੇ